ਦਰਬਾਰ ਇਹਨਾਂ ਦੀ ਦੋ ਭੈਣਾਂ ਪਿੱਛੇ ਪਈਆਂ ਹੁੰਦੀਆਂ ਤੈਨੂੰ ਪਤਾ ਹੋਵੇਗਾ ਇੱਕ ਦੇ ਪੈਰ 'ਚ 85 ਨੰਬਰ ਕੜੀ ਹੋਏਗੀ ਠੀਕ ਹੈ ਅਤੇ ਦੂਜੀ ਦੇ ਪੈਰ 'ਚ ਚਿੱਟੇ ਰੰਗ ਦੇ ਰਿੰਗ ਪਿਆ ਹੋਏਗਾ ਪਲਾਸਟਿਕ ਦਾ ਰਿੰਗ ਪਿਆ ਹੋਏਗਾ ਮਾਸ਼ਾ ਫੈਦਰ ਦੇਖੋ ਕਿੰਨਾ ਬਰੀਕ ਹੈ ਟੇਲ ਤੇ ਜ਼ਰਾ ਪੰਜੇ ਵੀ ਦਿਖਾ ਪੰਜੇ ਦਿਖਾ ओके हो गया हूँ इन्ह दो भैन उन्होंने भी शौक कमाने का जैन अलकूस अलबादी माशा उत्थे चेक किया उत्थे नहीं व्यू नहीं सही होता ब्लर हो जाता फोकस नहीं सही करता जगह तो ना फोकस सही करता है ਬੱਚਾ ਖਿੜਕੀ ਖੋਲ ਨਾ ਇਹ ਖਿੜਕੀ ਖੋਲ ਇੰਜ ਇੱਧਰ ਨੂੰ ਜਾਣ ਦੇ ਸੁਣ ਖੋਲ ਡੰਡਾ ਲਾਉਣ ਵਾਲਾ ਉੱਧਰ ਉੰਨੀ ਦੇਰ ਮੈਂ ਇਹਨਾਂ ਦੋ ਕਬੂਤਰਾਂ ਦਾ ਦਿਖਾਵਾਂ ਵੀ ਹੈ ਉਹ ਤਿੰਨ ਟੈਡੀ ਕਬੂਤਰ ਨੇ ਜਿਹਨਾਂ ਦਾ ਮੈਂ ਸ਼ੋਅ ਕਰਵਾਇਆ ਵਾ ਇਹਨਾਂ ਦੀਆਂ ਖੜਤਾਂ ਦੇਖੋ ਉਸਨ ਦੀ ਦੇਵੀ ਹੈ ਉਸਨ ਦੀ ਦੇਵੀ ਅੱਛਾ ਇਸ ਤੋਂ ਵੀ ਅੱਗੇ ਇੱਥੋਂ ਅੱਗੇ ਵੀ ਹੈਗੀ ਅੱਖ ਦਿਖਾਓ ਵਾਲੇਕੁਮ ਅਸਲਾਮ ਕਾਸ਼ਰਫ ਭਾਈ ਨਨਕਾਣਾ ਤੋਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਆ ਬਾਤ ਦਿਖਾਓ ਕੁੰਡਾ ਇਹਦਾ ਉਹਦੇ 41 ਨੰਬਰ ਦੀ ਦੋ ਧੀਆਂ ਵੀ ਪਿੱਛੇ ਪਈਆਂ ਨੇ 41-55 ਪਤਾ ਹੀ ਨਾ ਜੋਸਰੀਆਂ ਜੀ ਬਹੁਤ ਅੱਲਾ ਕੁੰਡਾ ਦੇਖੋ ਇਹਨਾਂ ਦੇ ਪਰਾਂ ਦਾ ਰੁੱਖ ਇਹ ਥੋੜ੍ਹਾ ਸਾਰਾ ਵਾਈਬ੍ਰੇਟ ਦੇਖੋ ਕੁੰਡੇ ਦੀ ਕਿਆ ਬਾਤ ਦੂਸਰੀ ਵੀ ਇੱਥੇ ਫੜ ਕੇ ਤਾਜ ਮੇਰਾ ਨਹੀਂ ਇੱਥੇ ਦੋ ਵੇ ਇਕੱਠੀਆਂ ਪਹਿਲੇ ਉਹ ਨਹੀਂ ਫੜਨੇ ਪੰਜ ਨਹੀਂ ਫੜਨੇ ਅੱਛਾ ਦੋਵੇਂ ਇਕੱਠੀਆਂ ਅੱਜ ਫੜੋ ਦੋਵੇਂ ਇਕੱਠੀਆਂ ਦਿਖਾਓ ਬਾਜ ਉਖਾਵਾਂਗੇ ਨਾ ਠੀਕ ਉਹਦੀ ਉਹ ਸਾਰਿਆਂ ਦੀ ਮਾਂ ਹੈਗੀ ਹੈ ਐਂ ਥੋੜ੍ਹੀ ਉਖਾਣੀ ਉਹ ਸਾਰਿਆਂ ਦੀ ਮਾਂ ਹੈਗੀ ਠੀਕ ਹੈ ਲਓ ਜੀ ਲਓ ਜੀ ਇਹ ਸਾਰਿਆਂ ਦੀ ਮਾਂ ਜੀ ਹੈ ਦੋ ਭਰਾ ਤਿੰਨ ਭਰਾ ਅਤੇ ਦੋ ਭੈਣਾਂ ਹੈਗੀਆਂ ਨੇ
ठीक है, दिखावा के ये देखती है कि ये मेरा दोस्त है क्या गुजरात च जुबैर जुबैर गोरसी जी ऐसी थी उन्होंने मैं भेज रहा ठीक है एस शिपमेंट में एस शिपमेंट अच्छा जरा थोड़ा जा जिक्र कर दियो तुहाडे किन्नी कि दफा मैं काफी दफा कबूतर लेके जा चुके हैं मैं हर घट से घट यार 7-8 दफा तो लेके गया हर दफा कैसी शिपमेंट जरा शिपमेंट नंबर 1 कमाल डिलीवरी ओके ठीक है सेफ्टी ओके माशाल्लाह और कबूतरों की फिटनेस नंबर 1 कोई इशू नहीं है अल्हम्दुलिल्लाह यानी इस दफा भी जा रहे हैं सैटिस्फाई होते हैं लोग जो इतो कबूतर भेजते हैं उन्होंने रिसीव और रिसीव करते हैं वो सैटिस्फाई है कि सानू साड़ी चीज ऑन टाइम और हेल्दी मिल गई माशाल्लाह इस बारी भी जा रहे हैं तुहाडे इंशाल्लाह इस दफा भी जा रहे हैं बिलाल बिलाल जा रहे हैं जुबैर भाई जा रहे हैं और पिंडी जा रहे हैं गुजरात जा रहे हैं गुजरात जा रहे हैं ठीक है ਇਹਦਾ ਛਾਂ ਦੇ ਵਿੱਚ ਅੱਗੇ ਵਿਊ ਦਿਖਾਇਆ ਵੇ ਧੁੱਪ ਦੇ ਵਿੱਚ ਦੋਵੇਂ ਵਿਊ ਦਿਖਾ ਦਿਓ ਐ ਮੈਂ ਛੱਡ ਦਿਆਂਗਾ ਤੁਹਾਡੇ ਵਾਸਤੇ ਨਰਾਂ ਦੇ ਵਿੱਚ ਮੈਂ ਛੱਡਦਾ ਨਹੀਂ ਠੀਕ ਮੈਂ ਤੁਹਾਡੇ ਵਾਸਤੇ ਮੈਂ ਛੱਡ ਦਿਆਂਗਾ ਮਰਦੀਆਂ ਨੂੰ ਉੱਥੇ ਨਰਾਂ ਦੇ ਵਿੱਚ ਛੱਡ ਦਿਆਂਗਾ ਮਿਹਰਬਾਨੀ ਵਿਊਰ ਜ਼ਰਾ ਖੜਤਾਂ ਵੀ ਵੇਖਣਗੇ ਨਾ ਮਜ਼ਾ ਆਉਂਦਾ ਜ਼ਿਆਦਾ ਘੁੰਮਦੇ ਦਾ ਸ਼ੌਕ ਕਰਾ ਮਾਸ਼ਾਅੱਲਾ ਇਹਦਾ ਫੈਦਰ ਵੀ ਜ਼ਰਾ ਇੱਕ ਮਿੰਟ ਦੁਬਾਰਾ ਖੋਲਿਆ ਜੇ ਇਹਦਾ ਫੈਦਰ ਦੇਖੋ ਹੈ ਦੇਖੋ ਇੰਨਾ ਕੁ ਨਰਮ ਉਹਦਾ ਦੇਖਣ ਵਿੱਚ ਹੀ ਪਤਾ ਚੱਲਦਾ ਕਿ ਕਿੰਨਾ ਨਰਮ ਅਤੇ ਕਿੰਨਾ ਬਿਹਤਰੀਨ ਹੈ ਫੈਦਰ ਅਤੇ ਕੁੰਦਾ ਲੱਗੇ ਹੈ ਫਿਰ ਇੱਕ ਕੰਪੈਕਟ ਸਾਈਜ਼ ਹੈ ਮਾਦੀ ਦਾ छोड़ो क्या बात वाह जी वाह छोड़ो दूसरी भी वाह ਇਹ ਹੁਣ 5 ਭੈਣ ਭਰਾ ਆ ਗਿਆ ਠੀਕ ਹੋ ਗਿਆ 5 ਭੈਣ ਭਰਾ ਆ ਗਿਆ ਇਸ ਮਾਦੀ ਦੀ ਕੰਡ ਦੇ ਵੇਖੋ ਇਹ ਸੁਰਖ ਡੰਮ ਇਹ ਜਿਹੜਾ ਕਬੂਤਰ ਪਹਿਲੇ ਨੰਬਰ ਤੇ ਹੈਗਾ ਨਾ ਠੀਕ ਹੈ ਐਲਾ ਹਾਂ ਇਹਦੀ ਧੀ ਦੇ ਕੋ ਬੱਚੇ ਅਸੀਂ ਬੱਚਿਆਂ ਦੇ ਵਿੱਚ ਬਹਾਦਰ ਕਰਾਏ ਨੇ ਜਿਹੜੇ 7 ਵਜੇ ਤੱਕ ਸਵਾ 7 ਵਜੇ ਬਹਾਦਰ ਹੋਇਆ ਮਾਸ਼ਾਅੱਲਾ ਠੀਕ ਹੈ ਅੱਗੋਂ ਹੁਣ ਇਹਦੇ 4 ਪੁੱਤਰ ਇਸ ਟਾਈਮ ਉੱਤੇ ਹੈਗੇ ਨੇ देखो मादियां दे शोल्डर देखो आज एक व्यूअर्स नूं मैं छोटी जी अपनी एक जिहड़ी मैं एक निशानी लाई है शेयर करना वा आ देखो मादियां दे शोल्डरां दे मूंह देखो अगों इस मादी दे शोल्डर देखो किन्ने मोटे ने आ मोटाई इहनां कोल ऐ चीज देखो ऐ लो व्हाट्सएप आ जाओ लो जी कबूतर नहीं गा पहले नंबर वाला पहले नंबर ठीक है मैं गल करना पे ए ओदी ती आ गई ठीक है जड़े मैं जोड़े से रोकी सी ठीक हो गया एदा बच्चा बच्चियां दे कप च बहादुर होया ना 7:30 बजे एदा बेटा होया जे बहादुर इहनां दी भतीजी होगी ना ਤਿੰਨਾਂ ਨਰਾਂ ਦੀ ਭਤੀਜੀ ਹੋ ਤਿੰਨ ਜਨ ਤਿੰਨਾਂ ਨਰਾਂ ਦੀ ਨਹੀਂ ਇੱਕ ਦੀ ਧੀ ਹੋ ਗਈ ਦੋ ਦੀ ਭਤੀਜੀ ਹੋ ਗਈ ਤੇ ਦੋ ਮਾਦੀਆਂ ਨੇ ਇਹਦੀਆਂ ਫੁੱਫੀਆਂ ਹੋ ਗਈਆਂ ਆ ਵੇਖਿਆ ਨਾ ਇਹਦਾ ਸਾਈਜ਼ ਦੇਖੋ ਤੁਸੀਂ ਇੱਕ ਮਿੰਟ ਇੱਥੇ ਰੱਖਣਾ ਇਸ ਮਾਦੀ ਦਾ ਦੇਖੋ ਸਾਈਜ਼ ਹੈ ਪੂਰੇ ਹੱਥ ਦੇ ਵਿੱਚ ਇੰਜ ਫਿੱਟ ਆ ਗਈ ਹੈ ਤੇ ਕਿੰਨਾ ਕੁ ਸਾਈਜ਼ ਹੈ ਦੇਖੋ ਦਾ ਬੜਾ ਕੰਪੈਕਟ ਮੀਡੀਅਮ ਸਾਈਜ਼ ਸਿਰਫ ਇਹਨੂੰ ਚੈੱਕ ਕਰੋ ਕਿ ਉਹਨਾਂ ਦੀ ਆਪਣੇ ਫੁੱਫੀਆਂ ਦੀ ਆਵਾਜ਼ ਕੀ ਹੈਗੀ ਜਿਹੜੀਆਂ ਤੁਸੀਂ ਜੋੜੇ ਪਾਉਂਦੇ ਉਹਨਾਂ ਨੂੰ ਕੜੀ ਗੋਲਡਨ ਪਾਉਂਦੇ ਹੋ ਜਿਹੜਾ ਜੋੜੇ ਪਏਗਾ ਜਾਂ ਉਹਨੂੰ ਕੱਲ ਨਰ ਹੈਗਾ ਤੇ ਕਾਲੀ ਮਾਦੀ ਕਿਤੇ ਗੋਲਡਨ ਗੋਲਡਨ ਦੇਖੋ ਇਸ ਮਾਦੀ ਦੇ ਵੀ ਸ਼ੋਲਡਰ ਦੇਖੋ ਜਿਹੜੇ ਮੈਂ ਅੱਗੇ ਦੱਸੇ ਨੇ
किन्ने मोटे ने अगो मूह शोल्डर के किन्ने मोटे ने। जरा बच्चा विनर होया यूएई ओही दा पुत्तर हैगा सवा सात होया माशाल्लाह जरा बैठा है। और बहुत ही खूबसूरत तरीन मादी है बड़ी खूबसूरत मादी कांटे देखो मादी दे। दे रहे हैं बल्ला मत्था देखो आउट क्लास भाई जान कबूतर ही माशाल्लाह बहुत ही अच्छे ने इन्होंने व्हाट्सएप एदी जिहदा बच्चा विनर होया ना उस नर दी दूजी धी एदी भैन गोल्डन कड़ी इन भी निशानी पक्की ट्रैक्ट जोड़िया देखो रिजल्ट दे नाल नाल परिंदे खूबसूरत भी ने खूबसूरत ते खूबसूरत दोवे क्वालिटियां ए दोनों भैणा ने एक ए भैण है ते एक ओ भैण है ते पूरी फैमिली ही माशाल्लाह खूबसूरत प्यो हैगा प्यो है ते देखो मादी देखो तुसी पूरी मजे वाली मादी कांटे देखो किन्ने किन्ने मोटे कांटे ने मैंने दसो सुने पाकिस्तान में शौक जेड़ा ना वो शुरू करन लगे अपनी मर्जी दा अपने सिलेक्टिव को दो परिंदियां दा शौक करा दियो चूहे कबूतर का शौक करा दो पठे का करा दो वड्डे का करा दो ताजमीर दी भाई दी फरमाइश ते चूहे दा इन्ना फुट टेंपरेचर है जस ना उस दिन इंतहा कबूतर बैठ के मर रहे ऐ पठा टेंप खा के 2 बजे आया उसको पठे गिड़े पै के फिर गया बंद 7 बजे निकले उसको पिछले पीढ़ियां पिछे चले जाओ ठीक है जो काम शुरू होया ठीक हो गया चूहा ब्रीड भी होने शौक होने लगा है मकास भाई ने चूहे भी सांभे ने ते इन्हां कोल पिछले साल इसकी जेठ च टूर्नामेंट है थी उसे सुपर प्रवास इस पट्ठे की भैन ने ली थी ठीक है इस पट्ठे ने 9 महीने च 7 मिनट की प्रवास देकर कप जिताया माशाल्लाह भैन ने 6 महीने च
ਸੁਪਰ ਪਰਿਵਾਰ ਲਈ ਸੀ ਲਾਇਆ ਪੜ੍ਹ ਲੈ ਵਟਸਐਪ ਹੈ ਮੇਰਾ ਹਰਦਿਲ ਅਜ਼ੀਜ਼ ਕਬੂਤਰ ਹੈਗਾ ਚੂਹਾ ਸ਼ੋਕ ਕਰਾਉਣਾ ਇਹਨੇ ਇਹਦੀ ਭੈਣ ਵੀ ਪਿੱਛੇ ਫੜ ਲਿਆ ਕਾਲੀ ਅੱਖਾਂ ਲਈ ਸਿੱਧਾ ਕਰੋ ਥੋੜ੍ਹਾ ਸਾਰਾ ਬਸ ਤੇ ਉਹ ਸਲਾਰੀ ਨਹੀਂ ਗਈ ਤਿੰਨ ਨੰਬਰ ਉਹ ਵੀ ਲਾਇਆ ਤੇ ਉੱਡੀ ਵਧੀਆ ਕਬੂਤਰ ਤੁਸੀਂ ਬੜੇ ਕਬੂਤਰ ਦੇਖੇ ਨਾ ਉਹ ਸਾਰੇ ਇੱਕ ਜਗ੍ਹਾ ਤੇ ਇਹਦਾ ਮੁਕਾਬਲਾ ਕੋਈ ਨਹੀਂ ਹੈਗਾ ਕੀ ਬਾਤ ਹੈ ਲੋ ਜੀ ਵਿਕਾਸ ਭਾਈ ਕਿਹਾ ਜੀ ਤੁਸੀਂ ਮੇਰੇ ਕੋਲ ਜਿੰਨੇ ਵੀ ਕਬੂਤਰ ਦੇਖੇ ਨੇ ਇਹਦਾ ਮੁਕਾਬਲਾ ਕੋਈ ਨਹੀਂ ਇਹਦਾ ਕੋਈ ਮੁਕਾਬਲਾ ਨਹੀਂ ਹੈਗਾ ਨਾ ਇਹਦਾ ਕੋਈ ਸਾਨੀ ਹੈਗਾ ਕੀ ਬਾਤ ਹੈ ਕਬੂਤਰਾਂ 'ਚ ਕਬੂਤਰਾਂ 'ਚ ਇਹਦਾ ਕੋਈ ਸਾਨੀ ਨਹੀਂ ਹੈਗਾ ਮੇਰੇ ਕੋਲ ਕੀ ਬਾਤ ਹੈ ਕਰਾਓ ਜੀ ਵੀ ਆਖਦਾ ਸ਼ੌਕ ਕਰਾਓ ਵਟਸਐਪ ਦੀ ਉਮਰ ਹੋ ਗਈ 22 ਸਾਲ ਥੋੜਾ ਧੁੱਪ 'ਚ ਕਰੋ 22 ਸਾਲ ਦੀ ਉਮਰ ਹੈਗੀ ਠੀਕ ਹੈ 9 ਸਾਲ ਤੋਂ ਬੁੱਤੂ ਗਿਆ ਹੋਇਆ ਹਾਂ ਠੀਕ ਹੈ 8-9 ਸਾਲ ਹੋ ਗਏ ਨੇ ਬੁੱਤੂ ਗਿਆ ਠੀਕ ਹੈ ਮੁਹੱਬਤ ਐਸੀ ਹੈਗੀ ਹੈ ਕਿ ਮੈਂ ਬਾਹਰੋਂ ਵੀ ਇਹਦੇ ਵਾਸਤੇ ਵਿਟਾਮਿਨ ਮੰਗਵਾ ਕੇ ਨਾ ਮੈਨੂੰ ਖਵਾਉਂਦਾ ਰਹਿੰਦਾ ਕਿ ਮੇਰੇ ਸਾਹਮਣੇ ਜ਼ਿੰਦਾ ਫਿਰਦਾ ਰਹੇ ਮਾਸ਼ਾਅੱਲਾ ਇੱਥੇ ਇੱਥੇ ਰੱਖੋ ਇੱਥੇ ਦਾ ਪੜ੍ਹ ਕੇ ਰੱਖੋ ਇੱਥੇ ਵੀ ਆਖਦਾ ਨਾ ਲਓ ਜੀ ਇਹ ਆਖ ਜੇ ਇੱਥੇ ਮਜ਼ੀਦ ਸਾਜ ਮੇਰੇ ਕੇ ਅੰਦਰ ਕਬੂਤਰ ਹੋਏਗਾ 55M27 ਇਹਦਾ ਪੁੱਤਰ ਜਿਹੜਾ ਉਹਦੇ ਨਾਲ 55 ਨਾਲ ਕਢਾਇਆ ਪੁੱਤਰ ਆ ਗਿਆ ਜੀ ਅੱਜ ਮੈਂ ਜਿਹੜਾ ਕਹਿੰਦਾ ਪਿਆ ਸੀ ਨਾ ਜੀ ਜੀ 9ਵੇਂ ਮਹੀਨੇ ਇਹ ਕਬੂਤਰ 2 ਫੜਕਾਂ ਦਿੱਤੀਆਂ ਨੇ 7 ਵਜੇ ਤੋਂ ਬਾਅਦ ਦੀ ਕੱਪ ਦੀ ਫੜਕ ਕੇ 6:48 ਮਾਸ਼ਾਅੱਲਾ ਠੀਕ ਹੈ ਇਹ ਉਹਦਾ 20ਵੀਂ ਜਗ੍ਹਾ ਤੇ ਗਿਆ 20ਵੇਂ ਥਾਂ ਮੇਨ ਕਬੂਤਰ ਦੇ 20ਵੇਂ ਥਾਂ ਅੱਗੇ ਬਹੁਤ ਠੀਕ ਹੈ ਵਾਲੇਕੁਮ ਅਸਲਾਮ ਕਲੀਅਰ ਹੋ ਰਿਹਾ ਜੀ ਐਂਜਲੀ ਦਾ ਕਰਾਉਣਾ ਨਾ ਆਈ ਬੋਲ ਸਹੀ ਆਏਗਾ ਇੱਥੇ ਨਾ ਆਈ ਬੋਲ ਇਹਦਾ ਨਾ ਕਲੀਅਰ ਨਹੀਂ ਆ ਤੇ ਇੱਥੇ ਰੱਖੋ ਇਹ ਉਂਗਲੀ ਤੇਰਾ ਆਈ ਬੋਲ ਨਹੀਂ ਕਲੀਅਰ ਆ ਰਿਹਾ ਚਲੋ ਕੋਈ ਗੱਲ ਨਹੀਂ ਸਾਹਮਣੇ ਦਿਖਾ ਦੇਣਾ ਨਾ ਹਾਂ ਇਹ ਦਿਖਾ ਦੇ ਫਿਰ ਇਹਨਾਂ ਦੀ ਖਰਾਬ ਇਹ ਆ ਗਿਆ ਪਰਿੰਦਾ ਇਹਦਾ ਇਹਦਾ ਤੇਰਾ ਆਈ ਸਾਫ਼ ਨਜ਼ਰ ਆਈ ਇਹ ਕੱਲ੍ਹ ਦਾ ਸ਼ੋਅ ਕਰਾਇਆ ਸੀ ਹਾਂਜੀ ਇਹ ਉਹੀ ਪਰਿੰਦਾ ਹੈਗਾ ਅੱਛਾ 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 ਠੀਕ ਜਿਹੜਾ ਮੈਂ ਗਿਆ ਸੀ ਸਾਰੇ ਤੁਸੀਂ ਵੇਖੇ ਨੇ ਮੇਰੇ ਠੀਕ ਹੋ ਗਿਆ ਤੁਹਾਡਾ ਫੇਵਰਟ ਪਰਿੰਦਾ ਆ ਮੇਰਾ ਫੇਵਰਟ ਕਬੂਤਰ ਹੈਗਾ ਮਾਸ਼ਾਅੱਲਾ ਥੱਲੇ ਕਰੋ ਜ਼ਰਾ ਲਓ ਜੀ ਇਹ ਤਾਜ ਮੀਰ ਬਾਈ ਦਾ ਫੇਵਰੇਟ ਸੋਰੀ ਵਿਕਾਸ ਬਾਈ ਦਾ ਫੇਵਰੇਟ ਪੱਠਾ ਸ਼ਾਮੀ ਇਹਨਾਂ ਇਹਦਾ ਮੈਨੂੰ ਸ਼ੌਕ ਕਰਵਾਇਆ ਕੌਣ ਹੋਇਆ ਦੂਜਾ ਬਾਟ ਸਾਹਿਬ ਇਹਦਾ ਪਿਓ ਕੌਣ ਹੈ ਮਾਰ ਖੁਰਾ ਦਾ ਦਾਦਾ ਕੀ ਬਾਤ ਹੈ ਇਹਦੀ ਮਾਂ ਕੌਣ ਹੈ ਇਹ ਬੁੱਢੇ ਦੀ ਨਸਲ ਦੇ ਵਿੱਚ ਠੀਕ ਹੋ ਗਿਆ ਸਮਝ ਆ ਗਿਆ ਇਹਦੇ ਕੁੰਡਿਆਂ ਦਾ ਸ਼ੌਕ ਕਰਾਓ ਜ਼ਰਾ ਇਸ ਤਰ੍ਹਾਂ ਰੱਖੋ ਹਲੇ ਪੱਟ ਗਿਆ ਦੱਸੋ ਹੁਣ ਕੱਢਿਆ ਸਵਾਲ ਠੀਕ ਹੋ ਗਿਆ ਇਸ ਕੁੰਡੇ ਦਾ ਵੀ ਸ਼ੌਕ ਕਰਾ ਆ ਦੇਖੋ ਵੱਡੇ ਕਬੂਤਰ ਨਾਲ ਕੈਸੀ ਸ਼ਬਾਹਤ ਆ ਰਹੀ ਹੈ ਅਭੀ ਵੀ ਜਗ੍ਹਾ ਤੇ ਗਏ ਪੰਜੇ ਦਿਖਾ ਦੇ ਪਿਛਲੇ ਸਾਲ ਦੀ ਸੁਪਰ ਪਰਿਵਾਰ ਪਿਛਲੇ ਸਾਲ ਦੀ ਸੁਪਰ ਪਰਿਵਾਰ ਜੇਠ ਜੇਠ ਲੋ ਜੀ ਉੱਡੇ ਉਡਾਏ ਪੱਠਿਆਂ ਦਾ ਸ਼ੌਕ ਕਰੋ ਇਹ ਮਾਦੀ ਕੀ ਹੈ ਉਹ ਵੀ ਬੁੱਢੇ ਦੀ ਨਸਲ ਦੇ ਵਿੱਚੋਂ ਠੀਕ ਹੋ ਗਿਆ ਮਾਸ਼ਾਅੱਲਾ ਨੀਚੇ ਕਰਕੇ ਦੀ ਅੱਖ ਦਾ ਸ਼ੌਕ ਕਰਾਓ ਤੁਹਾਡਾ ਯਾਰ ਵੀ ਆ ਗਿਆ ਜੀ ਜ਼ੁਬੈਰ ਗੌਰ ਸੀ
ਜਿਹੜੇ ਪਿਛਲੇ ਸਾਲ ਉੱਡੀ ਜਮਾਂਦੇ ਠੀਕ ਹੈ ਜੀ। ਦੂਜਾ ਭੱਟ ਸਾਹਿਬ ਜੀ ਜੀ ਇਸ ਦਫ਼ਾ ਇਹਦੇ ਮਾਸ਼ਾ ਅੱਲਾ ਇੱਕ ਧੀ ਇੱਕ ਪੁੱਤਰ ਠੀਕ ਹੈ ਉੱਡਦੇ ਪਏ ਕੁੰਡੇ ਦਾ ਸ਼ੁਕਰ। ਔਰ ਉੱਡਦੇ ਪਏ ਪਤਾ ਕੀ ਹੈ 5:30 ਵਜੇ ਤੋਂ ਬਾਅਦ ਦੋਵੇਂ ਭੈਣ ਭਰਾ ਇਹਦਾ ਇੱਕ ਪੁੱਤਰ ਵਿਖਾਉਣਾ ਅਸੀਂ ਪੁੱਟਿਆ ਸੀ ਕਾਪਸ ਤੇ ਉਹ ਥੋੜ੍ਹਾ ਕਮਜ਼ੋਰ ਹੋ ਗਿਆ ਠੀਕ ਅਤੇ ਮੈਂ ਰੋਕ ਲਿਆ ਉਹ ਵੀ ਤੁਹਾਨੂੰ ਸ਼ੌਕ ਕਰਾਉਣਾ ਪਰ ਛਡਾ ਦਿਓ ਜਾਲ ਵਿੱਚ ਉਹ ਲਿਓ ਮੈਂ ਛੱਡਾ ਹਿਮਾਦੀ ਹਾਂ ਇਹਨੂੰ ਹੀ ਪੈਣਾ ਅੱਛਾ ਦੋਵੇਂ ਪੈਣਾ ਮੈਂ ਉੰਨੀ ਦੇਰ ਬਾਰਾ ਇਹਨਾਂ ਦਾ ਵਿਊ ਵਧੀਆ ਪੱਠਾ ਵਿਕਾਸ ਬਾਈ ਨੇ ਜਿਹੜਾ ਕਿ ਹੈ ਫੇਵਰੇਟ ਮੇਰਾ ਬੁੱਢੇ ਦੀ ਬਲੱਡ ਲਾਈਨ ਚ ਬਾਕਸ ਸਾਹਿਬ ਜੀ ਉਹ ਜਿਹੜੀ ਮਾਜੀ ਨਹੀਂ ਵਿਖਾਈ ਜਿਹੜੀ ਪਿਛਲੇ ਸਾਲ ਹਾਂਜੀ ਜਿਹੜੇ ਸੁਪਰ ਪਰਵਾਜ਼ ਲਈ ਹੈ ਹੁਣ ਜਿਹੜੀ ਉਹਦੇ ਦੋ ਬੱਚੇ ਉੱਡਦੇ ਪਏ ਨੇ ਠੀਕ ਹੈ ਠੀਕ ਹੈ ਇਹ ਕਮਜ਼ੋਰ ਹੋ ਗਿਆ ਸੀ ਮੈਂ ਪੁੱਟਿਆ ਸੀ ਫਿਰ ਮੈਂ ਵਾਪਸ ਛੱਡ ਲਿਆ ਮੈਂ ਕਿਹਾ ਚਲੋ ਹੁਣ ਜੋੜੇ ਪਾ ਲਾਂਗੇ ਬਚਪਨ 'ਚ ਬਹੁਤ ਅੱਛਾ ਉੱਡਿਆ 5-5-6 ਗਲੀ ਤੱਕ ਵੀ ਸ਼ੋਅ ਕਰਵਾਇਆ ਨਾ ਇਸ ਤੋਂ ਪਹਿਲੇ ਇਹਦਾ ਮਾਧੀ ਹੁਣ ਛੱਡੀ ਹੈ ਨਾ ਇਹ ਉਹਦੀ ਭੈਣ ਹੈਗੀ ਛੱਡੋ ਇਹ ਉਹਦੀ ਸੱਕੀ ਭੈਣ ਜੀ ਇਸ ਮਾਧੀ ਦੀ ਜਿਹੜੀ ਹੁਣ ਛੱਡੀ ਹੈ ਇਹ ਇਹ ਦੋਵੇਂ ਇਕੱਠੀਆਂ ਆਉਣਗੀਆਂ ਅੱਗੇ ਭਰਾ ਹੈਗਾ ਅੱਗੇ ਭਰਾ ਇਹ ਮਾਧੀ ਇਹ ਕਾਲੀਆਂ ਅੱਖਾਂ ਵਾਲੀ ਦੋਵੇਂ ਸੱਕੀਆਂ ਭੈਣਾਂ ਅਤੇ ਇਹ ਭਰਾ ਹੈ ਅੱਗੇ ਇਹਨਾਂ ਦਾ ਔਰ ਇਹ ਸਾਰੀ ਬੁੱਢੇ ਦੀ ਬਰੀਡ ਸਾਰੀ ਬੁੱਢੇ ਦੀ ਲਾਈਨ ਹੈਗੀ ਬੁੱਢੇ ਦਾ ਇੱਕ ਮੇਰੇ ਤੋਂ ਪੁਰਾਣੀ ਮਾਝੀ ਸੀ ਮੋਤੀਆਂ ਵਾਲੀ ਉਹਦੇ ਨਾਲ ਵੀ ਇੱਕ ਡਾਇਰੈਕਟ ਪੁੱਤਰ ਪਿਆ ਉਹ ਵੀ ਤੁਹਾਨੂੰ ਸ਼ੋਅ ਕਰਾਉਂਦੇ ਜੀ ਫੈਸਲ ਭਾਈ ਸ਼ਾਰਜਾ ਦੇ ਵਿੱਚ ਇਹਨਾਂ ਦਾ ਘਰ ਹੈ ਅਸ਼ੋਕ ਸ਼ਾਰਜਾ 'ਚ ਕਰਦੇ ਨੇ ਵੈਲਕਮ ਜਿਸ ਟਾਈਮ ਮਰਜ਼ੀ ਆਓ ਤੁਸੀਂ ਆ ਕੇ ਇਹਨਾਂ ਦਾ ਸ਼ੌਕ ਕਰ ਸਕਦੇ ਜੀ ਜੀ ਜਵਾਬ ਦੇ ਦਿੱਤਾ ਫੈਸਲ ਖਾਨ ਬਾਈ ਤੁਹਾਨੂੰ ਕਿ ਜਿਸ ਟਾਈਮ ਮਰਜ਼ੀ ਆਓ ਆ ਕੇ ਸ਼ੌਕ ਕਰ ਲਓ ਲਓ ਇਹ ਇੱਕ ਹੋਰ ਨਯਾਬ ਕਬੂਤਰ ਦਾ ਸ਼ੌਕ ਇਹ ਬੁੱਢੇ ਦਾ ਪੁੱਤਰ ਹੈ ਪਹਿਲੇ ਦਾ ਵਿਊ ਦਿਖਾਓ ਜ਼ਰਾ ਕੈਸਾ ਪਰਿੰਦਾ ਵਿਆਹ ਦੇਖੋ ਇਸ ਕਬੂਤਰ ਦੀਆਂ ਮੈਂ ਤਸਵੀਰਾਂ ਖਿੱਚ ਕੇ ਲੈ ਗਿਆ ਸਾਂ ਤੁਸੀਂ ਇੱਕ ਵਾਰੀ ਨਹੀਂ ਸੀ ਮੈਂ ਤਾਂ ਆਇਆ ਸਾਂ ਤੇ ਤਾਜਮੀਰ ਮੈਂ ਤੇ ਹੋਏਗਾ ਹਾਂ ਹਾਂਜੀ ਮੈਂ ਛੱਡ ਦਿਆਂ ਨੂੰ ਹਾਂ ਇਹਨੂੰ ਛੱਡੋ ਜ਼ਰਾ ਲਓ ਜੀ ਇਹ ਦੇਖੋ ਤੁਸੀਂ ਕੈਸਾ ਪਰਿੰਦਾ ਇਹ ਵੀ ਬੁੱਢੇ ਦਾ ਪੁੱਤਰ ਹੈਗਾ ਇਹ ਬੁੱਢੇ ਦਾ ਪੁੱਤਰ ਜੇ ਭਾਈ ਜਾਨ ਔਰ ਇਹ ਇੰਨਾ ਕੁ ਪ੍ਰੇਲ ਕਬੂਤਰ ਹੈ ਇਨ ਕੁੰਦਾ 380 ਜਹਾਜ਼ ਜਿਹੜੇ ਨਾ ਡਬਲ ਇੰਜਨ ਵਾਲੇ ਡਬਲ ਡਬਲ ਕੁੰਦਾ ਇਹਨੂੰ ਲੱਗਿਆ ਉਹਦੇ ਆ ਰਿਹਾ ਕਬੂਤਰ ਬਹੁਤ ਹੈਵੀ ਪਰਿੰਦ ਕੁੰਦਾ ਇਹਦਾ ਮਾਸ਼ਾ ਅੱਲਾ ਇਹਨੂੰ ਵੀ ਛੱਡੋ ਦਾ ਲਓ ਜੀ ਫਿੱਕੇ ਆ ਗਏ ਜੋ ਦੇਖੋ ਜੀ ਜੀ ਮੈਂ ਰਾਬਤਾ ਨੰਬਰ ਤੁਹਾਨੂੰ ਦੇ ਦਿਆਂਗਾ
फैसल खान भाई लाइव तो बात तो रबता नंबर दे आना ਇਹਦੀ ਦੋ ਧੀਆਂ ਹੁਣ ਉੱਡਦੀਆਂ ਪਈਆਂ ਮਾਸ਼ਾਅੱਲਾ 4 ਵਜੇ ਤੋਂ ਬਾਅਦ ਇਹ ਵੀ ਬੁੱਢੇ ਦਾ ਪੁੱਤਰ ਹੈ ਇਸ ਕਬੂਤਰ ਦੀਆਂ ਛੱਡੋ ਇੰਦਰ ਇਹਨਾਂ ਨੂੰ ਇਹ ਵੀ ਬੁੱਢੇ ਦਾ ਪੁੱਤਰ ਦਾ ਪੁੱਤਰ ਹੈਗਾ ਇਹਦੀਆਂ ਦੋ ਧੀਆਂ ਉੱਡਦੀਆਂ ਨੇ ਪਈਆਂ ਫੜਤਾਂ ਦੇ ਵਿੱਚ ਫਿਰਤਾਂ ਦੇ ਵਿੱਚ ਇਹ ਵੀ ਬੁੱਢੇ ਦਾ ਪੁੱਤਰ ਹੈ ਕਾਲੀ ਕੰਨੀ ਵਾਲਾ ਅਪਮਾ ਕੱਢ ਲਿਆ ਅਪਮਾ वालेकुम असलाम जिशान भाई है देखो दोवें कट्ठे ऐ परिंदा क्या बात है लाजवाब ऐ नारे ऐ सारी चूहे की ब्रीड चूहा कबूतर जिहड़ा विकास भाई को एक मेन पहले जिहदा शुरू तो शौक करवाया जी जी जुबैर भाई कबूल किया थोड़ा गुलाब का फुल अब्दुल्ला हसन मुंदल ये जी अब्दुल्ला हसन भाई भी आ गए नेपाल तो अब्दुल्ला हसन भाई नेपाल तो सलाम देने इंडिया से सॉरी जी बुड्ढे जी धी का पुत्र ठीक है केड़ा भला ਜਿਹਦਾ ਪੰਮਾ ਉੱਤੋਂ ਸੱਤ ਸੱਤ ਵਜੇ ਬਹਿੰਦਾ ਪਿਆ ਮੈਂ ਕਿਹਾ ਬਾਦਲ ਲੱਗੇਗਾ ਜਿਹਦਾ ਕੱਲ ਵੀ ਜਿਹੜਾ ਬੈਠਾ ਚਾਰ ਪੰਜ ਵਜੇ ਮੇਰੇ ਖਿਆਲ ਨਾਲ ਇਹਦਾ ਪਿਓ ਹੈਗਾ ਇਹ ਪੰਮੇ ਦਾ ਪਿਓ ਹੈ ਜੀ ਕੱਲ ਵੀ ਇਹਦਾ ਪੁੱਤਰ ਤਕਰੀਬਨ 5 ਵਜੇ ਬੈਠਾ ਤੇ ਉਸ ਤੋਂ ਪਹਿਲੇ ਦੀਆਂ ਫੜਕਾਂ ਵੀ 7 7 7 7 7 7 ਕੀ ਬਾਤ ਆ ਵੀ ਬੁੱਢੇ ਦੇ ਧੀ ਦਾ ਪੁੱਤਰ ਹੈ ਜੀ ਵਾਲੇਕਮ ਸਲਾਮ ਇਹ ਕੁਝ ਜਬੇਲ ਅਬਾਸ ਭਾਈ ਨੇ ਪੁੱਛਦੇ ਨੇ ਕਿ ਤੁਸੀਂ ਟੈਡੀ ਕਬੂਤਰ ਅਗਰ ਲੈਣੇ ਹੋਣ ਤਾਂ ਮਿਲ ਜਾਣਗੇ कबूतर देखो बदामे सिर ने इन्हां दे बदाम वर्गे बदाम सिरे कदी पुराने कबूतर जिहड़े असी नाम लैंदे हुंदे सन बदाम सिरे पम्मे दा प्यो है जिहड़ा उड़दा पिया ठीक है दूजा भरा क्योंकि दो भी मैं जोड़िया से रोक लेता ठीक है दूजा भरा जिहड़ा उड़दा पिया ओहदा दूसरा भरा जी भाई जी जी भाई जान मेरे लाइक इस तरह डाउन ने कि मैं पेज तो तीसरी बार लाइव आंदे हां मेरे फॉलोअर भी इन्ने नहीं है इस वास्ते मेरे लाइक जिहड़े इन्ना डाउन है तो मैं उंज बस फर्क होना तो मैं चलो आप भी शौक करा दे दोस्तान भी शौक करवा दे बुड्ढे दा पुत्र आया लो जी आ भी आगे ओदे पुत्र दा पुत्र बुड्ढे दे पुत्र दा पुत्र जी एक मिनट दी आ शौक करा दे माशाल्लाह आ दो ही भरा आ गए ना तेरे दो नहीं एक और फाड़ आ गए छड्डो लो जी आ कलर देखो आ चपड़े वाला कलर है ਜਿਹੜੇ ਸਾਡੇ ਚਪੜੇ ਨਹੀਂ ਉੜਦੇ ਮਸ਼ਹੂਰ ਹੈਗੇ ਨੇ ਉਹ ਸਭ ਬੁੱਢੇ ਦੀ ਨਸਲ ਹੈਗੀ ਮਾਸ਼ਾਅੱਲਾ ਇਹ ਚਪੜੇ ਨੇ ਇਹ ਬਦਾਮ ਸਿਰੇ ਨੇ ਵਿੱਚ ਟੈਡੀ ਅੱਖਾਂ ਵਿੱਚ ਨੇ ਜਿਹੜਾ ਉੜਿਆ ਕਬੂਤਰ 9ਵੇਂ ਮਹੀਨੇ ਠੀਕ ਹੈ ਉਹਦੀ ਮੈਂ ਪੈਣਾ ਹੋਏ ਹਨ ਹਾਂਜੀ ਇਹ ਉਹਨਾਂ ਦਾ ਭਰਾ ਜੇ ਕੱਟਿਆ ਨਾ ਲੋ ਜੀ ਇਹ ਚਪੜਾ ਕਾਲੀਆਂ ਅੱਖਾਂ ਵਿੱਚ ਆ ਗਿਆ ਜੇ ਕੱਟੇ ਆ ਲਾਪਰੇ ਆ ਇਹ ਚਪੜੇ ਦੀਆਂ ਅੱਖਾਂ ਦੇਖੋ ਤੁਸੀਂ ਕਾਲੀਆਂ ਨੇ ਇਸ ਚਪੜੇ ਦੀਆਂ ਅੱਖਾਂ ਦੇਖੋ ਤੁਸੀਂ ਟੈਡੀਆਂ ਆਰ ਸਾਫ ਅੱਖਾਂ ਦਾ ਜੀ ਜੀ ਇਹ ਵੀ ਬੁੱਢੇ ਦੇ ਪੁੱਤਰ ਪੁੱਤਰ ਦੇ ਪੁੱਤਰ ਇਹ ਵੀ ਬੁੱਢੇ ਦੇ ਪੁੱਤਰ ਦਾ ਪੁੱਤਰ ਇਹ ਵੀ ਬੁੱਢੇ ਦਾ ਪੁੱਤਰ ਦਾ ਪੁੱਤਰ
माशाल्लाह फिक्के भी किन्ने कलर है सतरंगे बिच माशाल्लाह सारी बुढ़े की फैमिली है तो देखो किन्ने कलर ने फिक्के जो उसरे चपड़े कालियां अखां वाले चपड़े चिटिया अखां वाले बदाम सिरे रिजल्ट दी वजह तो देखो किन्नी ब्रीड है सारी बुढ़े दी ते फिर सारे रिजल्टेड फिर खाली नर ने अजे तो देखो किन्ने कलर आवे च ने चपड़ा फिक्किया अखां च कालिया अखां च फिक्का जौं सिरा टैडी कलर बदाम सिरे ए वड्डा पम्मा हैगा जिहदा पुत्र उड़दा पिया पहले नंबर ते पहला कौन काली कड़ी पई है ना अली भाई अपना लाइक डन है यार मेरी बात तो सुनो भजन है जो भी लाइक है डन है जो भी है मैं इन्ना लाइव नहीं आंदा छियासी नंबर हाँ करा देने लो जी विकास भाई एक मेरी फरमाइश ते डबल कड़ी वाली मादी जेड़ी राती जिहदा शौक कीता टैडी मादी दा वो दिखाओ लेकिन ओदी खड़त भी दिखानी है फिर सारे कबूतर अंदर कर देना फिर दिखानी लो जी ये मादी एक आ रही है डबल कड़ी वाली सारे दोस्त भाइयों एदा स्पेशली शौक होगा तो तुहानू मजा आएगा मेन ब्रीडर मादी है डबल कड़ी वाली भगवान इन्हों का सारे का नमस्कार अंदर लो जी सारे मेरे नाल अटैच रहे अज तुहानू एक विकास भाई की मेन डबल कड़ी वाली टैडी मादी का शौक करवाना वा अच्छा अच्छा कबूतर खरीदने की बात कर रहा है ठीक हो गया जी जी मैं उन्होंने लाइव तो बाद पूछ के तो इंशाल्लाह उन्होंने दस देंगे कि कबूतर सेल करते हैं अगर उन्होंने मैंने करने हुए तो मैं दस देंगे इंशाल्लाह लो ये कबूतर भी देखो इन्होंने काफी निकले ने अज ले के दो कबूतर ठीक हो गया वो बोल रहा है कबूतर ठीक हो गया फैसल भाई और दा पे ना पम्मा सर ये फड़का शाम दिया रात बार आ गया उनका वो हाल अली भाई विकास भाई इन सलाम देना अली भाई 040 जी जुबैर भाई ठीक हो गया ठीक हो गया वालेकुम अस्सलाम लो जी डबल कड़ी वाली आ गई लो जी ये मादी का मैं शाम टाइम कल शौक किया वे बड़ी कोई लैजेंड तो बड़ी कोई बा कमाल पहले थोड़ा छा इत रखो यदा व्यू दिखाओ छो हाथ लो जी ये मादी है डबल कड़ी वाली ਇਹਦਾ ਵਿਊ ਦੇਖੋ ਇਹ ਟੈਡੀ ਮਾਦੀ ਹੈ ਇੱਕ ਗਿੱਠ ਮਾਦੀ ਹੈ ਇਹਦੀ ਅੱਖ ਦਾ ਤੁਹਾਨੂੰ ਸ਼ੌਕ ਕਰਾਉਂਦੇ ਹਾਂ
ਆਸ ਭਾਈ ਇਹਦੇ ਬਾਰੇ 'ਚ ਜ਼ਰਾ ਕੋਈ ਹਿਸਟਰੀ ਹਿਸਟਰੀ ਵੀ ਇਹਦੀ ਥੋੜ੍ਹੀ ਹੈ ਸਿਰਫ ਇੰਨਾ ਹੀ ਕਹਾਂਗਾ ਕਿ ਇਹ ਨਸਲਾਂ ਸਮਾਰਨ ਵਾਲੀ ਅਤੇ ਨਸਲਾਂ ਬਣਾਉਣ ਵਾਲੀ ਮਰ ਜਾਏਗੀ ਮਾਸ਼ਾ ਲੋਈ ਸ਼ਾਮੀ ਮੈਂ ਇਹਦਾ ਸ਼ੌਕ ਕੀਤਾ ਵੇ ਬਹੁਤ ਹੀ ਕਮਾਲ ਲਾਜਵਾਬ ਮਰਦੀ ਹੈ ਦੇਖੋ ਇਹਦਾ ਕੁੰਦਾ ਦੇਖੋ ਇਹਦੇ ਪਰਾਂ ਦੀ ਚੜ੍ਹਾਈ ਹੈ ਦੇਖੋ ਦੇਖੋ ਇਹਦੇ ਪਾਰ ਦੇਖੋ ਲਾਈਨ ਦੇਖੋ ਇਹਦੇ ਪਰਾਂ ਦੀ ਹੈ ਕਿੰਨੀ ਪ੍ਰੇਲ ਅਤੇ ਕਿੰਨੀ ਹੈ ਦੇਖੋ ਮਾਦੀ ਥੱਲੋ ਇਹਦੇ ਫੈਦਰ ਬਹੁਤ ਅੱਛਾ ਹੈ ਮਾਸ਼ਾ ਇੱਥੇ ਲਿਆਉਂਦਾ ਨਾ ਇੱਥੇ ਜਗ੍ਹਾ 'ਤੇ ਮਾਸ਼ਾ ਅੱਲਾ ਜੀ ਮਾਸ਼ਾ ਛੱਡ ਕੇ ਵਿਖਾ ਦਿੰਦੇ ਠੀਕ ਹੋ ਗਿਆ ਇਹਦਾ ਇਹਦਾ ਵੀ ਦਿਖਾਉਣਾ ਇਹਨਾਂ ਨੂੰ ਅੰਦਰ ਕਰ ਲਓ ਜ਼ਰਾ ਛੱਡੋ ਜੀ ਦੇਖੋ ਮਾਦੀ ਦਾ ਸ਼ੌਕ ਡਬਲ ਕੜੀ ਵਾਲੀ ਕਮਾਲ ਦੀ ਮਾਦੀ ਜੀ ਯਕੀਨ ਕਰੋ ਲਓ ਜੀ ਐਵ ਜੀ ਜੀ ਇਹ ਅੰਧੇਰੇ ਵਿੱਚ ਵੀ ਕਾਰ ਅਤੇ ਦਿਨ ਵਿੱਚ ਵੀ ਕਾਰ ਹੈ ਬਹੁਤ ਹੀ ਆਲਾ ਮਾਦੀ ਹੈ ਨਸ਼ੇ ਵਾਲੀ ਔਰ ਵਿਕਾਸ ਬਾਈ ਨੇ ਕਿਹਾ ਕਿ ਨਸਲਾਂ ਬਣਾਉਣ ਵਾਲੀ ਤਾਂ ਵਾਕਈ ਹੈ ਨਸਲਾਂ ਬਣਾਉਣ ਵਾਲੀ ਮਾਦੀ ਹੈ ਇਸ ਮਾਦੀ ਦੇ ਨਾਲ ਹੀ ਹੁਣ ਇਜਾਜ਼ਤ ਚਾਹਵਾਂਗੇ ਅੱਲਾ ਕਰੇ ਇਨਸ਼ਾਅੱਲਾ ਤੁਹਾਡੇ ਨਾਲ ਨੈਕਸਟ ਕਿਸੇ ਛੱਤ ਤੋਂ ਲਾਈਵ ਆਵਾਂਗਾ ਜੇ ਮੇਰੀ ਵੀਡੀਓ ਦੇ ਵਿਊਅਰ ਅੱਛੇ ਹੋਏ ਸਿਰਫ ਸਾਡੇ ਹੁਣ ਗਰਮੀ ਬੜੀ ਹੋ ਗਈ ਹੈ ਦੋ ਕਬੂਤਰ ਰਹਿ ਗਏ ਨੇ ਤੁਹਾਡੇ ਕੋਲ ਠੀਕ ਹੈ ਜੇ ਤੁਹਾਨੂੰ ਖਾਣੇ ਨੇ ਨਸਲਾਂ ਠੀਕ ਹੈ 1046 ਹਾਂ 1046 ਤੁਹਾਡੀ ਬਰੀਡ ਬੜੀ ਅਤੇ ਇੱਕ ਫਿੱਕੇ ਕਬੂਤਰ ਹੈਗੇ ਨੇ ਜੌਂਸ ਦੇ ਉਹ ਤੁਹਾਨੂੰ ਖਾਣੇ ਗਏ ਚਲੋ ਮੈਂ ਇਨਸ਼ਾਅੱਲਾ ਨੈਕਸਟ ਟਾਈਮ ਹੁਣ ਮੈਂ ਵੀ ਥੱਕ ਗਿਆ ਓਕੇ ਨੈਕਸਟ ਟਾਈਮ ਤੁਹਾਨੂੰ ਸ਼ੋਅ ਲਓ ਜੀ ਅੱਲਾ ਹਾਫਿਜ਼ ਇਸ ਮਾਦੀ ਅਤੇ ਐਂਡ ਬਹੁਤ ਹੀ ਲਾਜਵਾਬ ਮਾਦੀ ਹੈ ਜਿੰਨੀ ਤਾਰੀਫ ਇਹਦੀ ਕਰੋ ਓਨੀ ਘੱਟ ਅੱਲਾ ਹਾਫਿਜ਼